ਜੇਲ੍ਹਾਂ ਵਿੱਚੋਂ ਫੋਨ ਹੋਣ ਕੇ ਗਾਣਾ ਆਇਆ ਸੀ, ਉਹਦੇ ਵਿੱਚ ਮੈਂ ਕੋਨੇ ਕੋਨੇ ਦੇ ਵਿੱਚ ਹਿੰਟ ਦਿੱਤਾ ਵੀ ਮੈਂ ਜੀ ਗਾਣਾ ਲਿਖਿਆ ਜਿਹੜੇ ਕੌਮ ਦੀ ਖਾਤਰ ਜੇਲ੍ਹ ਗਏ ਆ ਜਾਂ ਜੇਲ੍ਹਾਂ ਵਿੱਚ ਬੈਠੇ ਆ, ਅਣਖਾਂ ਦੇ ਵੀ ਲੜੇ ਆ ਜਿਹੜੇ ਜਿਹੜੇ ਫੈਲੀਆਂ ਦੇ ਪੀਰ ਨੇ, ਜਿਹੜੇ ਅਸਲੀ ਹੀਰੋ ਸ਼ਹੀਦ ਭਗਤ ਸਿੰਘ ਜੀ ਵਰਗੇ ਜਿਹਨਾਂ ਨੇ ਕੌਮ ਦੀ ਖਾਤਰ ਜੇਲ੍ਹਾਂ ਕੱਟੀਆਂ ਅਣਖ ਦੇ ਲਈ, ਸੋ ਮੈਂ ਉਹਨਾਂ ਲਈ ਲਿਖਿਆ ਸੀ। ਇਹ ਦਿਖਾਉਣ ਵਾਲਿਆਂ ਨੇ ਥੋੜ੍ਹਾ ਕਮਰਸ਼ੀਅਲ ਕਰਨ ਦੇ ਚੱਕਰ ਦੇ ਵਿੱਚ ਉਦਾਂ ਦੀ ਵੀਡੀਓ ਕਰਤੀ ਉਦਾਂ ਦਾ, ਚਲੋ ਹੁਣ ਆਪ ਸਿੰਗਰ ਬਣ ਗਿਆ ਤਾਂ ਆਪਾਂ ਅੱਗੇ ਤੋਂ ਧਿਆਨ ਦਿਆ ਕਰਾਂਗੇ। ਬੜਾ ਵਧੀਆ ਥੋਟ ਸੀਗਾ ਭਾਈ, ਮਤਲਬ ਕਿ ਉਸ ਟਾਈਮ ਨੂੰ ਆਪਣੇ ਨਾਲ ਜੋੜ ਕੇ ਦੇਖਣਾ। ਕੱਲਾ ਕਹਿ ਰਹਾ ਉੱਤੋਂ ਸ਼ਾਮ ਦੇ ਹੱਥ ਪਾਲੀ ਦਾ ਜਵਾਬ ਦੇ ਕੇ ਦਿੰਦਾ ਧਮਕੀ ਜੀ, ਇੰਨੀ ਮਾੜੀ ਨਹੀਂ ਉਹ ਸੋਚ ਜੱਟਦੀ। ਪਿੰਡਾਂ ਦੇ ਰੋਡ ਹੁੰਦੇ ਤੁਸੀਂ ਨੌਰਮਲ ਬੰਦੇ ਦੇ ਨਾਂ ਤੇ ਨਹੀਂ ਬਣਦੇ, ਜਾਂ ਜਿਹਨੇ ਸਾਰੀ ਜ਼ਿੰਦਗੀ ਪਿੱਛੇ ਕੰਮ ਕੀਤੇ ਉਹਦਾ ਨਾਂ ਤੇ ਕਦੇ ਵੀ ਰੋਡ ਨਹੀਂ ਹੁੰਦਾ। ਦੇਖ ਲਿਓ ਤੁਸੀਂ ਸਾਨੂੰ ਬਹੁਤ ਇਸ਼ਾਰੇ ਕੀਤੇ ਵੀਰੇ ਗਾਣੇ ਦੇ ਵਿੱਚ, ਪਰ ਸਾਹਮਣੇ ਵਾਲੇ ਕਿਤੇ ਹੋਰ ਹੀ ਲੈ ਗਏ। ਨਿਕਲਦੀ ਆ ਜਦੋਂ ਲੋਕਾਂ ਨੇ ਦੱਸਣਾ ਤੇ ਤੂੰ ਬੜਾ ਪਛਤਾਉਣਾ ਏ, ਸਾਡੇ ਅੰਦਰ ਪੰਡੋਰੀ ਕਰ ਤੂੰ ਪੇਜ ਲਾਗ ਕੀਤਾ ਹੋਣਾ ਏ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।